ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕਮ ਜੀ YouTube ਚੈਨਲ ਯਾ ਟਰੈਕਟਰ ਦੇ ਵਿੱਚ ਸਾਰੇ ਦੋਸਤਾਂ ਨੂੰ ਅਸੀਂ ਵੈਲਕਮ ਕਰ ਰਹੇ ਹਾਂ ਦੋਸਤੋ ਫਾਰ ਸੇਲ ਟਰੈਕਟਰ ਹੈ ਜੀ MF 385 ਔਰ ਮਾਡਲ ਹੈ ਜੀ 2004 ਅਸੀਂ ਇਸ ਦਾ ਰਿਵਿਊ ਕਰ ਰਹੇ ਹਾਂ ਔਰ ਇਸ ਤੋਂ ਪਹਿਲੇ ਜਿਹੜੇ ਦੋਸਤ ਚੈਨਲ ਤੇ ਨਵੇਂ ਆਏ ਰਿਕੁਐਸਟ ਕਰਾਂਗੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਔਰ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲੈਣ ਤਾਂ ਕਿ ਸਾਰੀ ਇਨਫਾਰਮੇਸ਼ਨ ਉਨਤਕ ਪਹੁੰਚਦੀ ਰਹੇ ਤਾਂ ਦੋਸਤੋ ਚਾਰ ਮਾਡਲ ਹੈ ਔਰ ਪਰਕਨ ਨੀ ਜਾਂਦੇ ਵਿੱਚ ਹੈ ਟਰੈਕਟਰ ਔਰ ਟੋਟਲ ਟਰੈਕਟਰ ਜਨੂਨ ਹੈ ਔਰ ਵਲੇਤੀ ਹੈ ਇਹ ਤੁਸੀਂ ਗੇਰ ਹਿੱਸਾ ਦੇਖ ਲਓ ਔਰ ਰਿਮਾਂ ਦੀ ਕੰਡੀਸ਼ਨ ਦੇਖ ਲਓ ਤੁਸੀਂ ਔਰ ਇਹ ਤੁਸੀਂ ਬੈਕ ਤੋਂ ਜੀ ਟੂਪਾ ਵਗੈਰਾ ਦੇਖ ਸਕਦੇ ਹੋ ਔਰ ਪੈਰਾਂ ਦੀ ਕੰਡੀਸ਼ਨ ਦੋਸਤੋ ਤਕਰੀਬਨ 10 ਸਾਲ ਨੇ ਦੇ ਲਗਭਗ ਹੈ ਬੈਕ ਤੇ ਡਰੋ ਬਾਰ ਲੱਗੀ ਹੋਈ ਹੈ ਛੱਤ ਲੱਗੀ ਹੋਈ ਹੈ ਔਰ ਜੰਗਲਾ ਨਾਲ ਨਹੀਂ ਹੈ ਟਰੈਕਟਰ ਤੇ ਅੰਡਕੀ ਵਗੈਰਾ ਤੁਸੀਂ ਦੇਖ ਸਕਦੇ ਹੋ ਆ ਦੋਸਤੋ ਮਾਲਕ ਦੇ ਬਕੌਲ ਜੀ ਟਰੈਕਟਰ ਅੱਗੋਂ ਪਿੱਛੋਂ ਵਲੈਤੀ ਹੈ। ਔਰ ਜਨੂਨ ਪਾਰਟਸ ਦਾ ਟਰੈਕਟਰ ਹੈ। ਇਹ ਗੇਰ ਹਿਸਾਬੀ ਆਵਾਜ਼ ਹੈ, ਹਾਂਡਾ ਨੱਕਾ ਵਲੈਤੀ ਹੈ। ਰੈਡੀਏਟਰ ਵਗੈਰਾ ਤੁਸੀਂ ਦੇਖ ਲਓ ਜੀ। ਸਟicker ਵਗੈਰਾ ਜਨੂਨ ਖੜਿਆ ਜਿੱਤੇ ਤੱਕ। ਐਫਐਫ ਵੀ ਦੇਖ ਲਓ ਜੀ ਜਨੂਨ। ਤਾਂ ਦੋਸਤੋ ਟਰੈਕਟਰ ਓਵਰ ਆਲ ਅਚੀ ਕੰਡੀਸ਼ਨ ਦੇ ਵਿੱਚ ਹੈ ਔਰ ਜੈਨੂਨ ਪਾਰਟਸ ਦੇ ਵਿੱਚ ਹੈ ਟੈਰਾਂ ਦੀ ਕੰਡੀਸ਼ਨ ਤੁਸੀਂ ਦੇਖ ਲਓ ਟਰੈਕਟਰ ਦੀ ਲੋਕੇਸ਼ਨ ਪਿੰਡੀ ਰਵਾਤ ਏਰੀਆ ਦੇ ਵਿੱਚ ਹੈ ਪੰਜਾਬ ਦਾ ਦੋਸਤੋ ਨੰਬਰ ਲੱਗਿਆ ਹੋਇਆ ਸੈਲਫ ਸਟਾਰਟ ਟਰੈਕਟਰ ਹੈ ਤੇ ਦੂਸਰਾ ਟਾਇਰ ਵੀ ਦੇਖ ਲਓ ਟਾਇਰ ਬੇ ਦਾਗ ਹੈ ਕੋਈ ਫੱਟੇ ਹੋਏ ਨਹੀਂ ਹਨ ਸ਼ੋ ਪੇ ਟਿਸ਼ੂ ਤੁਸੀਂ ਦੇਖ ਲਓ ਜੈਨੂਨ ਹੈ ਦੋਸਤੋ ਇਸ ਦਾ ਤਾਂ ਦੋਸਤੋ ਮਾਲਕ ਇਸਟ੍ਰਕਚਰ ਦੀ ਡਿਮਾਂਡ ਕਰ ਰਿਹਾ ਜੀ 13 ਲੱਖ ਰੁਪਏ ਰੱਤਾ ਨੰਬਰ ਡਿਸਕ੍ਰਿਪਸ਼ਨ ਜੋ ਮਿਲ ਜਾਏਗਾ ਫਾਰਮੇਸ਼ਨ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਅੱਲਾਹ ਹਾਫਿਜ਼